ਕੀ ਨਾਮ ਕਿਹਦਾ? ਮੇਰਾ ਨਾਮ ਪੂਜਾ। ਹੈ ਪੂਜਾ, ਕਿਉਂਕਿ ਅੱਜ ਤੁਹਾਡਾ ਵਿਆਹ ਸੀਗਾ। ਹਾਂਜੀ। ਰਾਤ ਆਉਣੀ ਸੀ। ਹਾਂਜੀ। ਤੇ ਕੀ ਹੋਇਆ ਕੀ? ਰਾਤ ਕਾਫੀ ਲੜਾਈ ਹੋਈ, ਨੱਚਦੇ ਨੱਚਦੇ ਲੜ ਪਏ ਇੱਕ ਦੂਜੇ ਨਾਲ। ਜਿਹੜਾ ਹੰਗਾਮਾ ਹੋਇਆ, ਕਾਫੀ ਹੰਗਾਮਾ ਹੋਇਆ। ਕਿਹਨਾਂ ਨੇ ਕੀਤਾ? ਮੇਰੇ ਵੱਡੇ ਪਾਪਾ ਨੇ ਔਰ ਉਹਨਾਂ ਦੇ ਬੱਚਿਆਂ ਨੇ। ਕੀ ਲੱਗਦਾ ਇਹ ਵੱਡੇ ਪਾਇਆ? ਤਾਇਆ ਔਰ ਤਾਏ ਦੇ ਮੁੰਡੇ। ਵਿਆਹ ਦੇ ਵਿੱਚ ਭਾਗ ਲਈ ਕਿਸ ਤਰ੍ਹਾਂ? ਹਾਂਜੀ, ਨੱਚਦੇ ਨੱਚਦੇ ਇੱਕ ਦੂਜੇ ਦੇ ਗਲ ਪੈ ਗਏ ਔਰ ਤਾਏ ਔਰਾਂ ਨੇ ਮਤਲਬ ਕਿ ਘਰੋਂ ਕਿਰਪਾਨਾਂ ਕੱਢੀਆਂ, ਟੋਲਾ ਚਲਾਉਣ ਲੱਗ ਗਏ। ਨਾਲ ਦੇ ਪਿੰਡ ਦੇ ਮੁੰਡੇ ਸੱਦੇ, ਉਹਨਾਂ ਨੇ ਇੱਟਾਂ ਰੋੜੇ ਚਲਾਏ ਔਰ ਮੇਰੇ ਮਾਮੇ ਨੂੰ ਫਾਇਰ ਕਰ ਦਿੱਤਾ। ਕਿੰਨੇ ਕੁ ਜ਼ਖਮੀ ਹੋਏ? ਤਿੰਨ ਜਣੇ, ਤਿੰਨ ਚਾਰ ਜਣੇ। ਹਾਂਜੀ। ਰਾਤੀ ਜ਼ਖਮੀ ਹੋਏ ਜਿਹੜੇ ਆਏ? ਹਾਂਜੀ, ਸਾਡੇ ਭਰਾਓ ਨੇ, ਮੇਰੇ ਮਾਮਾ ਜੀ ਔਰ ਮੇਰੇ ਮੰਮਾ, ਮੇਰੇ ਪਾਪਾ ਔਰ ਮੇਰੇ ਦੀਦੀ ਹੋਣੀ, ਛੋਟੇ ਛੋਟੇ ਬੱਚਿਆਂ ਤੱਕ ਸੱਟਾਂ ਲਾਈਆਂ ਹੋਈਆਂ। ਇੱਟਾਂ ਰੋੜੇ ਚਲਾਏ? ਹਾਂਜੀ। ਸ਼ਾਦੀ ਬੇਟੀ ਦੀ। ਹਾਂਜੀ ਹਾਂਜੀ। ਤੇ ਬਸ ਇਹ ਨੱਚ ਟੱਪ ਰਿਹਾ ਸੀ ਤੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਹਾਂਜੀ, ਬਰਾਤ ਆਣੀ ਸਾਡੀ 12 ਵਜੇ। ਹਾਂਜੀ, ਰਾਤ ਨੂੰ ਆਇਆ, ਰਾਤ ਨੂੰ 2 ਵਜੇ ਦਾ ਟਾਈਮ। ਮੇਰੇ ਜੇਠ ਦਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾ ਪਤਾ ਨੀ ਕੀ ਉਹਨਾਂ ਦਾ ਨਾਮ ਨੀ ਮੈਂ ਜਾਣਦੀ। ਇੱਟਾਂ ਰੋੜੇ ਸਾਨੂੰ ਬਹੁਤ ਜਲਾਏ ਘਰੇ ਬੈਠਿਆਂ ਨੂੰ, ਸਾਨੂੰ ਕੁੱਟ ਮਾਰ ਘਰੇ ਆਣ ਕੇ ਨਾ ਬਹੁਤ ਕੀਤੀ। ਸਾਡੇ ਬੱਚੇ ਨੇ, ਮੇਰੇ ਭਰਾਵਾਂ ਨੇ ਇਹਨਾਂ ਲਾਏ ਨੀ, ਨਾਲੇ ਨੱਚਦੇ ਪਏ ਤਾਂ ਅਸੀਂ ਗਲਤੀ ਕਦੀ ਨੀ ਸਾਡੇ ਚ ਨੱਚਦੇ ਪਏ ਤਾਂ ਸਾਨੂੰ ਤਾਂ ਪਤਾ ਹੀ ਨੀ ਸੀ। ਇਹਨਾਂ ਦੀ ਤਾਂ ਪਹਿਲਾਂ ਮਿਤੀ ਹੋ ਰੀਨਾ, ਮੈਂ ਪਿੰਡ ਪੀਰਾਂ ਵਾਲੇ ਦੀ ਸ਼ਾਦੀ ਬੇਟੀ ਦੀ। ਹਾਂਜੀ ਹਾਂਜੀ। ਤੇ ਬਸ ਇਹ ਨੱਚ ਟੱਪ ਰਿਹਾ ਸੀ ਤੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਹਾਂਜੀ, ਬਰਾਤ ਆਣੀ ਸਾਡੀ 12 ਵਜੇ। ਹਾਂਜੀ, ਰਾਤ ਨੂੰ ਆਇਆ, ਰਾਤ ਨੂੰ 2 ਵਜੇ ਦਾ ਟਾਈਮ। ਮੇਰੇ ਜੇਠ ਦਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾ ਪਤਾ ਨੀ ਕੀ ਉਹਨਾਂ ਦਾ ਨਾਮ ਨੀ ਮੈਂ ਜਾਣਦੀ। ਹਾਂਜੀ, ਇਹਨਾਂ ਕਿਰਪਾਨ ਫੜੀ ਸੀ ਉਹ ਮਾਰੀ ਮੇਰੇ ਵੱਡੇ ਭਰਾ ਦੇ, ਬਹੁਤ ਜ਼ਿਆਦਾ ਸੱਟ ਲੱਗੀ ਆ। ਹਾਂਜੀ, ਨੱਚਦਿਆਂ। ਹਾਂਜੀ ਹਾਂਜੀ।
ਇਹ ਉਹਨਾਂ ਨੇ ਪਹਿਲਾਂ ਪਲਾਨ ਬਣਾਇਆ ਹੋਇਆ ਸੀ, ਸਾਨੂੰ ਨਹੀਂ ਪਤਾ, ਸਾਨੂੰ ਪਿੰਡ ਵਾਲੇ ਦੱਸਦੇ ਸੀ ਤੁਹਾਡੇ ਵਿਆਹ 'ਚ ਇੰਨਾ ਇਸ ਤਰ੍ਹਾਂ ਕਰਨਾ, ਅਸੀਂ ਵਿਸ਼ਵਾਸ ਨਹੀਂ ਕੀਤਾ, ਫਿਰ ਵੀ ਅਸੀਂ ਇਹਨਾਂ ਨੂੰ ਸੱਦ ਲਿਆ। ਹਾਂ, ਤੇ ਇਹਨਾਂ ਰਲ ਕੇ ਪਿੰਡ ਦੇ ਮੁੰਡੇ ਬੁਲਾ ਲਾ ਤੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ। ਹੁਣ ਸਾਡੀ ਮੰਗ ਜਿਹੜਾ ਸਾਡਾ ਟੁੱਟਾ ਭੱਜਾ ਸਮਾਨ, ਮੇਰੇ ਪੈਸੇ ਡਿੱਗੇ ਮੇਰੀ ਉਹ ਵੀ ਦੇਣ, ਤੇ ਜਿਹੜੇ ਸਾਡੀ ਸੋਨੇ ਦੀ ਗੁੜੀਆ ਮੇਰੇ ਭਰਾ ਦੀ ਆਈ ਨਵੀਂ ਵਿਆਹੀ ਕੁੜੀ, ਉਹਦੇ ਟੋਪਸ ਡਿੱਗੇ ਨੇ ਉਹ ਵੀ ਲੈਣੇ ਆ। ਹਾਂਜੀ, ਜੱਸਾ ਸਿੰਘ ਮੰਦੋੜ। ਪਤਾ ਨੀ ਆਪਾਂ ਨੂੰ ਤਾਂ ਪਤਾ ਹੀ ਨੀ ਵੀ ਕੀ ਰੌਲਾ ਤੇ ਕੀ ਗੌਲਾ, ਅਸੀਂ ਤਾਂ ਸੁੱਤੇ ਪਿਆ, ਮੈਂ ਉੱਠਿਆ ਤੇ ਮੈਂ ਉਹ ਕੋਠੇ ਦੇ ਥੱਲੇ ਉਤਰਾਂ। ਹਾਂ, ਉਹ ਆ ਕੇ ਗਲ ਪੈ ਗਿਆ, ਆ ਕੇ ਪਤਾ ਹੀ ਨਹੀਂ, ਮੈਨੂੰ ਤਾਂ ਲੱਗਾ ਮੈਂ ਤਾਂ ਖੜਾ ਸੀ ਚਣ ਕੇ। ਸਾਰਿਆਂ ਨੇ ਇੱਟ ਰੋੜਾ ਵੱਜਾ ਜੀ। ਹਾਂ, ਇਹ ਮੇਰੇ ਪਤਾ ਨਹੀਂ ਕੀ ਕਿਰਪਾਨ ਵੱਜੀ ਕੀ ਵੱਜਿਆ, ਮੈਨੂੰ ਨਹੀਂ ਪਤਾ ਲੱਗਾ।